एमएसपी गारंटी कानून स्वामीनाथन रिपोर्ट पुणे लागू की जाए और कर्ज मुक्ति जैसी कई मांगों को लेकर किसान अंबाला के पास लगते शंभू टोल प्लाजा पर पिछले लगभग 17 दिन से डटे हुए हैं और किसानों ने पक्का मोर्चा लगाना शुरू कर दिया है। किसानों ने अपनी ट्रॉलियों को रोड होम में तब्दील कर दिया है और उसमें जरूरत की सभी चीजें लगा दी हैं। ट्रॉलियों में ACC, चार्जिंग स्लॉट, मशीन, किचन सब सेटअप कर लिया गया है। इस बारे में जब किसान महिलाओं से बात की गई तो उन्होंने बताया कि उन्हें ट्रॉलियों में रहने का शौक नहीं है, लेकिन जब तक उनकी मांगे पूरी नहीं होती तब तक वे लोग बॉर्डर पर डटे रहेंगे। धरने के दौरान कई साथियों की मौत के सवाल का जवाब देते हुए उन्होंने कहा कि इसका उन्हें बहुत दुख है। महिलाओं का कहना है कि आने वाले इलेक्शन में किसी को भी वोट के लिए गांव में नहीं जाने दिया जाएगा और अगर उन्हें MSP ना मिली तो वे लोग फसल उगानी छोड़ देंगे। मैं ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਟੀਵੀ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਸਾਡੀ ਇੱਥੋਂ ਤੱਕ ਗੱਲ ਪਹੁੰਚਾਉਣੀ ਹੈ ਤੇ ਪਬਲਿਕ ਨੂੰ ਸੁਣਨੀ ਹੈ। ਮੈਂ ਕ੍ਰਾਂਤੀਕਾਰੀ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਸਰਪੰਚ ਜੀ ਰਵਿੰਦਰ ਕੌਰ। ਇਹ ਟਰਾਲੀ ਸ਼ਿੰਗਾਰੀ ਦੇਖ ਕੇ ਮੋਦੀ ਨੂੰ ਗੁੱਸਾ ਪੈਂਦਾ। ਜਦੋਂ ਆਪਾਂ ਟੀਵੀ 'ਤੇ ਖਬਰ ਚਲਾਉਂਦੇ ਹਾਂ ਤੇ ਟਰਾਲੀ ਵੇਖਦੇ ਹਾਂ ਤੇ ਸਾਨੂੰ ਗੁੱਸਾ ਪੈਂਦਾ ਕਿ ਜਿਹੜੀ ਇਹਨਾਂ ਏਡੀ ਸੋਹਣੀ ਟਰਾਲੀ ਸੜਕ ਦੇ ਉੱਤੇ ਖਿਲਾਰ ਦਿੱਤੀ ਆ, ਕੋਈ ਲੱਖਾਂ ਰੁਪਈਏ ਲਾ ਕੇ ਇਹਨਾਂ 'ਚ ਕੋਈ ਹਿੱਸਾ ਦਿੱਤੇ ਆ, ਤਾਂ ਕਿ ਇਸੇ ਕਰਕੇ ਸਾਨੂੰ ਕੁਛ ਸਰਕਾਰਾਂ ਜਿਹੜੀਆਂ ਨੇ ਸਾਨੂੰ ਦਬਾਉਣਾ ਚਾਹੁੰਦੀਆਂ ਨੇ। ਅਸੀਂ ਇੰਨਾ ਕੁ ਨਾਜ ਕਰ ਸਕਦੇ ਹਾਂ ਕਿ ਅਸੀਂ ਹਰ ਘਰ 'ਚ ਜਿੱਦਾਂ ਇਹ ਕਹਿੰਦਾ ਫ੍ਰੀ ਰਾਜ ਦਾਂਗਾ ਅਸੀਂ ਵੀ ਦੇ ਸਕਦੇ ਹਾਂ, ਪਰ ਸਾਨੂੰ MSP ਜ਼ਰੂਰ ਚਾਹੀਦੀ ਹੈ। ਨਾ ਸਾਡੇ ਬੱਚਿਆਂ ਨੂੰ ਕੋਈ ਇਹੋ ਜਿਹੀ ਸਿਹਤ ਸਹੂਲਤ ਹੈ ਕਿ ਜਿੱਦਾਂ ਮੰਨ ਲਓ ਆਪਾਂ ਸਾਰਾ ਦਿਨ ਕਿਸਾਨ ਹਾਂ ਤੇ ਜਿੰਨਾ ਚਿਰ ਵੀ ਆਪਾਂ ਜਿਉਂਦੇ ਹਾਂ ਤੇ ਆਪਾਂ ਖੇਤੀ 'ਚ ਕਰਦੇ ਹਾਂ ਕੰਮ, ਕੋਈ ਸਾਡੀ ਪੈਨਸ਼ਨ ਨਹੀਂ ਜਾਂ ਕੋਈ ਵਿਧਵਾ ਪੈਨਸ਼ਨ ਨਹੀਂ ਵੀ ਜੇ ਉਹਦਾ ਘਰ ਵਾਲਾ ਏਦਾਂ ਤੇ ਉਹਨੂੰ ਵਿਧਵਾ ਪੈਨਸ਼ਨ ਹੋਵੇ ਤਾਂ ਖੇਤਾਂ 'ਚ ਕੰਮ ਕਰਦੀ ਹੋਵੇ, ਉਹ ਆਪਣੇ ਬੱਚੇ ਪਾਲ ਸਕੇ। ਇਸ ਕਰਕੇ ਮੋਦੀ ਨੂੰ ਸਾਡੀ ਸਧਾਰਨਾ ਹੈ ਕਿ ਸਾਡੀ ਪਬਲਿਕ ਇੰਨੀ ਪਰੇਸ਼ਾਨ ਤੂੰ ਨਾ ਕਰ, ਸਾਡੀਆਂ ਸਿਹਤ ਸਹੂਲਤਾਂ ਨਾ ਵੇਖ, ਸਾਡੇ ਅੰਦਰ ਦਾ ਦੁੱਖ ਵੇਖ ਤੇ ਕੀ ਆ। ਪਰ ਜਦੋਂ ਅਸੀਂ ਜੋ ਕਿਸਾਨ ਮਜ਼ਦੂਰ ਆ, ਸਾਡਾ 9 ਮਾਸ ਦਾ ਰਿਸ਼ਤਾ ਆ, ਜਦੋਂ ਆਪਾਂ ਤੇਰੀ ਹਿੱਕ ਤੇ ਚੜ ਕੇ ਆ ਗਏ ਤੇ ਸਾਰਾ ਕੁਛ ਲੈ ਕੇ ਹੀ ਜਾਵਾਂਗੇ, ਤਾਂ ਕਿ ਅਸੀਂ ਬਹੁਤ ਸਤਾਏ ਹੋਏ ਆ। ਸਤਾਏ ਏਦਾਂ ਕਿ ਰਾਤ ਨੂੰ ਜਦੋਂ ਪੋਹ ਮਗਦੀਆਂ ਰਾਤਾਂ ਹੁੰਦੀਆਂ ਤੇ ਕਿਤੇ ਬਿਸਤਰੇ ਚੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ, ਪਰ ਆਪਾਂ ਉਦੋਂ ਝੋਨਾ ਗਾਉਂਦੇ ਆ ਤੇ ਉਹਦੇ ਚੌਲ ਬਣਦੇ ਆ, ਉਹਦੇ ਤੋਂ ਕਈ ਪਦਾਰਥ ਤਿਆਰ ਹੋ ਗਏ ਤੇ ਫੈਕਟਰੀਆਂ 'ਚ ਕਿੰਨੇ ਲੋਕ ਆ ਜਿਹੜੇ ਕੰਮ ਕਰਦੇ ਆ ਤੇ ਫੈਕਟਰੀਆਂ ਤੋਂ ਆਪਣੇ ਬੱਚੇ ਪਾਲਦੇ ਆ। ਪਰ ਜੇ ਆਪਾਂ ਇੱਕ ਸਟੈਂਡ ਲੈ ਗਏ ਵੀ ਆਪਾਂ ਕੁਛ ਕਹਾਉਣਾ ਹੀ ਨਹੀਂ, ਆਪਣੇ ਜੋਗਾ ਤਾਂ ਅਸੀਂ ਕਰ ਲੈਣਾ, ਸਿਰਫ ਇੱਕ ਲੂਣ ਲੈਣਾ ਪੈਣਾ ਸਾਨੂੰ, ਉਹ ਵੀ ਅਸੀਂ ਪੈਦਾ ਕਰਾਂਗੇ ਕਿਸੇ ਨਾ ਕਿਸੇ ਹਾਲਾਤ ਤੇ, ਪਰ ਇਹਦੇ ਨੱਕ 'ਚ ਦਮ ਕਰ ਦਿਆਂਗੇ। ਅਸੀਂ ਤਾਂ ਸਿਰਫ ਇਹਨੂੰ ਪਿਆਰ ਆ, ਆ ਜਿਹੜਾ ਆਏ ਆ ਪਬਲਿਕ ਇੱਕ ਸਿਰਫ ਮੋਦੀ ਨੂੰ ਪਿਆਰ ਦੇਣ ਡਏ ਆ ਕਿ ਪਿਆਰ ਨਾ ਮੰਨ ਜਾ, ਉਹ ਪਿਆਰ ਨਾ ਮੰਨ ਜਾ ਕਿ ਇੱਥੇ ਉਹ ਸਿੰਘ ਸਾਡੇ ਰਹਿ ਗਏ ਜਿਹੜੇ 1.25 ਲੱਖ ਨਾਲ ਇੱਕ ਇੱਕ ਲੜ ਗਿਆ, ਤੇ ਜਿਹੜੀਆਂ ਇਹਨੇ ਸ਼ਪੈਟਲਾਂ ਜੀਆਂ ਸਾਡੇ ਅੱਗੇ ਡਾਰਤੀਆਂ ਨੇ, ਇਹਨੂੰ ਕਿਹਾ ਵੀ ਕੱਲੀ ਕੱਲੀ ਬੀਬੀ ਸਾਡੇ ਨਾਲ ਤੋਰੇ। ਜਿਹੜੀ ਮੈਡਮ ਸਿਮਰਨਜੀਤ ਕੌਰ ਕਹਿੰਦੀ ਕਿ ਮੈਂ ਨੰਨੀ ਛਾਂ ਪਾਲਦੀ ਹਾਂ, ਕਿਤੇ ਉਹ ਮੇਰੇ ਨਾਲ ਟੇਬਲ ਟੋਕ ਤੇ ਗੱਲ ਕਰੇ, ਜਾਂ ਮਾਨ ਦੀ ਘਰ ਦੀ ਜਿਹੜੀ ਕਹਿੰਦੀ ਕਿ ਮੈਂ ਡਾਕਟਰ ਹਾਂ, ਉਹਨੂੰ ਕਹਿ ਕੇ ਮੇਰੇ ਨਾਲ ਗੱਲ ਕਰੇ, ਮੈਂ ਤੈਨੂੰ ਪੁੱਛਾਂ ਕਿ ਤੂੰ ਡਾਕਟਰ ਕਾਹਦੀ ਹੈ, ਤੇ ਸਾਡੇ ਅੰਦਰ ਦਾ ਦਿਲ ਦਾ ਦਰਦ ਨਹੀਂ ਤੂੰ ਜਾਣ ਸਕਦੀ। ਇਸ ਕਰਕੇ ਮੇਰੀ ਇਹ ਭੈਣੇ, ਆਉਣਾ ਟਰਾਲੀ ਸ਼ਿੰਗਾਰਨਾ ਸਾਡਾ ਕੋਈ ਚਾਅ ਨਹੀਂ ਹੈ, ਸਿਰਫ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਮਾਰੇ ਨੇ। ਜੋ ਵੇਖੋ ਜੀ ਸ਼ੁਭਦੀਪ ਹੁਣ ਏਦਾਂ ਹੋਇਆ, ਜੋ ਸਾਡੇ ਬਜ਼ੁਰਗ ਹੋਏ ਆ ਉਹ ਭੁੱਲਣ ਯੋਗ ਤੇ ਉਹ ਵੀ ਨਹੀਂ ਹੈਗੇ, ਪਰ ਜੋ ਸ਼ੁਭਦੀਪ ਆ ਉਹ ਇੱਕ ਮਾਂ ਹੀ ਉਹਦਾ ਦਰਦ ਜਿਹੜਾ ਵਾ ਜੇ ਸੁਣ ਸਕਦੀ ਆ, ਜਾਂ ਉਹਦਾ ਭੈਣ ਹੀ ਦਰਦ ਹੰਢਾ ਸਕਦੀ ਆ। ਇਸ ਕਰਕੇ ਮੋਦੀ ਚਵਲ ਆ, ਇਹਨੂੰ ਤੇ ਕੋਈ ਪਤਾ ਨੀ, ਕਿਉਂਕਿ ਜੇ ਇਹਦੇ ਬੱਚੇ ਬੀਵੀ ਤੇ ਕੋਈ ਧੀ ਪੁੱਤ ਹੁੰਦਾ ਤੇ ਇਹਨੂੰ ਵੀ ਕੋਈ ਦੁੱਖ ਹੁੰਦਾ, ਇਸ ਕਰਕੇ ਬਹੁਤ ਚਵਲ ਆ, ਇਸ ਕਰਕੇ ਇਹਨੂੰ ਕਿਸੇ ਦਾ ਦੁੱਖ ਨੀ ਹੈਗਾ।
ਪਰ ਓਹਦੇ ਦੁੱਖ ਨਾਲ ਸਾਨੂੰ ਬਹੁਤ ਦੁੱਖ ਆ, ਅਸੀਂ ਕੁਝ ਕਹਿ ਨੀ ਸਕਦੇ, ਸ਼ਬਦ ਬਿਆਨ ਹੀ ਨਹੀਂ ਕਰ ਸਕਦੇ ਕਿ ਆਪਾਂ ਕੀ ਕਹਿ ਸਕਦੇ। ਆਪਾਂ ਮਰ ਸਕਦੇ ਹਾਂ ਉਹਦੇ ਅੱਗੇ, ਜੇ ਸਾਨੂੰ ਪਤਾ ਹੁੰਦਾ ਕਿ ਸ਼ੁਭਦੀਪ ਨੂੰ ਗੋਲੀ ਲੱਗਣ ਲੱਗੀ, ਆਪਾਂ ਜਰੂਰ ਅੱਗੇ ਹੁੰਦੇ, ਅਸੀਂ ਇਹਨੂੰ ਮਰਨ ਨਹੀਂ ਸੀ ਦਿੰਦੇ। ਪਰ ਮਰਨ ਹੁਣ ਵੀ ਨਹੀਂ ਦਿੰਦੇ, ਫਿਰ ਰੱਖਾਂਗੇ ਜਦ ਤੱਕ ਸਾਡੇ ਚ ਸਾਹ ਵਾਸ ਰਹਿਣਗੇ, ਜਗਾਵਾਂਗੇ। ਆਪਣੇ ਆਸ ਪਾਸ ਸੇ ਜੁੜੇ ਐਸੇ ਹੀ ਅਪਡੇਟਸ ਪਾਣੇ ਕੇ ਲਿਏ ਦੇਖਤੇ ਰਹੇ ਅੰਬਾਲਾ ਬ੍ਰੇਕਿੰਗ ਨਿਊਜ਼। ਹਮੇ ਫੇਸਬੁੱਕ ਪਰ ਲਾਈਕ ਕਰੇ, ਯੂਟਿਊਬ ਪਰ ਸਬਸਕ੍ਰਾਈਬ ਕਰੇ, ਔਰ ਆਪਣੇ ਐਪਲ ਔਰ ਐਂਡਰੋਇਡ ਮੋਬਾਈਲ ਫੋਨ ਕੇ ਪਲੇ ਸਟੋਰ ਸੇ ਹਮਾਰੀ ਐਪ ਅੰਬਾਲਾ ਬ੍ਰੇਕਿੰਗ ਨਿਊਜ਼ ਡਾਊਨਲੋਡ ਕਰੇ।